भी वो रोज फ्लेवर है, चिल्ली फ्लेवर है, सलगम फ्लेवर है, मटर फ्लेवर है, खरबूजा फ्लेवर है, मैंगो फ्लेवर है, बताऊँ फ्लेवर है, ਔਰੰਜ ਫਲੇਵਰ ਹੈ। ਇਹ ਚਾਹੇ ਵੱਖ ਵੱਖ ਪਲੇਟਾਂ ਵਿੱਚ ਪਈਆਂ ਸਬਜ਼ੀ ਨੁਮਾ ਚੀਜ਼ਾਂ ਨੇ, ਪਰ ਇਹ ਖੋਏ ਨਾਲ ਬਣੀਆਂ ਮਿਠਾਈਆਂ ਨੇ। ਇਹ ਪੂਰੇ ਪੰਜਾਬ 'ਚ ਕਦੇ ਨਹੀਂ ਮਿਲ ਸਕਦੀ, ਕਿਉਂਕਿ ਇਹ ਸਾਡੇ ਕੋਲ ਹੀ ਉਹ ਭੁਲੇਖਾ ਤੇ ਪੈ ਗਿਆ ਸੀ। ਮੈਂ ਵੇਖਣ ਡਿਆ, ਮੈਂ ਕਿਹਾ ਅੰਕਲ ਹੈ ਕੀ ਹੈ, ਮਤਲਬ ਫਰੂਟ ਜੇ ਕੱਟੇ ਕੁੱਟੇ ਜਿਹਾ ਰੱਖਿਆ ਹੋਇਆ, ਮਤਲਬ ਹੈ ਕੀ ਮਿੱਟੀ ਦੇ ਬਣਿਆ ਹੋਇਆ, ਖੇੜਾ ਦੱਸਿਆ ਕੀ ਹੈ, ਇਹਨਾਂ ਨੇ ਦੱਸਿਆ ਨਹੀਂ ਵੀ ਮਿਠਾਈ ਹੈ। ਟੂਰਿਸਟ ਤੇ ਬਹੁਤ ਖੁਸ਼ ਹੁੰਦੇ ਆ ਦੇਖ ਕੇ ਮਾਰੇ, ਕਿਉਂਕਿ ਕਈ ਦਿੱਲੀਓ ਜਿਹੜੇ ਟੂਰਿਸਟ ਆਉਂਦੇ ਆ ਉਹ ਸਾਨੂੰ ਦੱਸਦੇ ਆ, ਕਹਿੰਦੇ ਹੁਣ ਇਹ ਚੀਜ਼ ਦਿੱਲੀ ਦੇ ਵਿੱਚ ਲੱਭਦੀ ਨਹੀਂ। ਆਪ ਦੇਖ ਕੇ ਹੈਰਾਨ ਆ ਕਿ ਮਤਲਬ ਕਿ ਸਾਰ ਫੂਡ ਜਦੋਂ ਪੁੱਛਿਆ ਤੇ ਮਤਲਬ ਕਿ ਮਿਠਾਈ ਦੇ ਨਾਮ ਹੀ ਮਿਠਾਈ ਸੀਗੀ, ਤੇ ਹੁਣ ਫੈਮਿਲੀ ਨਾਲ ਲੈ ਕੇ ਆਏ ਆ। ਅੱਜ ਇਸ ਖਾਸ ਸਵਾਦ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਆਏ ਆ, ਉਹ ਕਹਿ ਸਕਦੇ ਆ ਕਿ ਸਾਡੇ ਪੁਰਾਤਨ ਸਵਾਦਾਂ ਦੇ ਵਿੱਚੋਂ ਇੱਕ ਸਵਾਦ ਹੈ। ਔਰ ਜਿੱਥੇ ਕਿ ਅੰਮ੍ਰਿਤਸਰ ਸ਼ਹਿਰ ਦੇ ਸਵਾਦ ਪਹਿਲਾਂ ਹੀ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚ ਚੁੱਕੇ ਨੇ, ਤਾਂ ਉਹਨਾਂ ਸਵਾਦਾਂ ਦੀ ਸੂਚੀ ਵਿੱਚ ਜੁੜ ਚੁੱਕਿਆ ਹੈ ਇਹ ਖਾਸ ਸਵਾਦ। ਔਰ ਅੱਜ ਨਿਊਜ਼ 18 ਲੈ ਕੇ ਆਇਆ ਖਾਸ ਪੇਸ਼ਕਸ਼, ਜਿਸ ਵਿੱਚ ਤੁਹਾਨੂੰ ਜਾਣੂ ਕਰਾਵਾਂਗੇ ਭਿੰਡੀਆਂ, ਸ਼ਲਗਮ, ਮਿਰਚ, ਹੋਰ ਵੱਖ ਵੱਖ ਇਸ ਅਜਿਹੀਆਂ ਸਬਜ਼ੀਆਂ ਦੇ ਨਾਲ। ਔਰ ਰੁਕ ਜੋ, ਸਬਜ਼ੀਆਂ ਨਹੀਂ, ਉਹਨਾਂ ਖਾਸ ਸਬਜ਼ੀ ਨੁਮਾ ਮਿਠਾਈ ਦੇ ਨਾਲ। ਹਾਂ, ਸਹੀ ਸੁਣਿਆ ਤੁਸੀਂ, ਇਹ ਹੈ ਉਹ ਖਾਸ ਮਿਠਾਈ ਜਿਸ ਨੂੰ ਕਿ ਇੱਕ ਪਰਿਵਾਰ ਦੇ ਵੱਲੋਂ ਤਿਆਰ ਕੀਤਾ ਜਾਂਦਾ, ਔਰ ਅੱਜ ਪਰਿਵਾਰ ਦੀ ਤੀਸਰੀ ਪੀੜ੍ਹੀ ਲੋਕਾਂ ਤੱਕ ਉਸ ਖਾਸ ਸਵਾਦ ਨੂੰ ਪਹੁੰਚਾ ਰਹੀ ਹੈ। ਇਹ ਚਾਹੇ ਵੱਖ ਵੱਖ ਪਲੇਟਾਂ ਵਿੱਚ ਪਈਆਂ ਸਬਜ਼ੀ ਨੁਮਾ ਚੀਜ਼ਾਂ ਨੇ, ਪਰ ਇਹ ਖੋਏ ਨਾਲ ਬਣੀਆਂ ਮਿਠਾਈਆਂ ਨੇ ਜੋ ਕਿ ਬੀਤੇ 90 ਸਾਲ ਤੋਂ ਇੱਕ ਪਰਿਵਾਰ ਦੇ ਵੱਲੋਂ ਇੱਥੇ ਤਿਆਰ ਕੀਤੀਆਂ ਜਾਂਦੀਆਂ ਨੇ। ਔਰ ਅੱਜ ਤਰਸੇਮ ਸਿੰਘ ਜੀ, ਜਿਨ੍ਹਾਂ ਦੀ ਉਮਰ 63 ਸਾਲ ਹੈ, ਔਰ ਆਪਣੇ ਉਸੇ ਪਰਿਵਾਰਕ ਰੁਜ਼ਗਾਰ ਨੂੰ ਲੋਕਾਂ ਤੱਕ ਪਹੁੰਚਾ ਰਹੇ ਨੇ, ਉਸ ਖਾਸ ਸਵਾਦ ਨੂੰ ਲੋਕਾਂ ਤੱਕ ਪਹੁੰਚਾ ਰਹੇ ਨੇ। ਔਰ ਅੱਜ ਅਸੀਂ ਵੀ ਆ ਪਹੁੰਚੇ, ਔਰ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਕਿ ਇਹ ਜੋ ਖਾਸ ਸਬਜ਼ੀ ਨੁਮਾ ਜੋ ਮਿਠਾਈ ਹੈ, ਕੀ ਹੈ ਇਸ ਦੇ ਵਿੱਚ ਖਾਸ, ਕਿਉਂ ਲੋਕ ਦੂਰੋਂ ਦੂਰੋਂ ਭੱਜਦੇ ਚਲੇ ਆਉਂਦੇ ਨੇ, ਦੌੜੇ ਚਲੇ ਆਉਂਦੇ ਨੇ ਇਸ ਜ਼ਾਇਕੇ ਨੂੰ, ਇਸ ਮਿਠਾਈ ਨੂੰ ਖਾਣ ਦੇ ਲਈ? ਤਾਂ ਸਾਡੇ ਨਾਲ ਤਰਸੇਮ ਸਿੰਘ ਜੀ ਮੌਜੂਦ ਨੇ। ਕਦੋਂ ਇਸ ਕੰਮ ਦੀ ਸ਼ੁਰੂਆਤ ਕੀਤੀ ਗਈ, ਔਰ ਕਿਹੜੇ ਵੱਖ ਵੱਖ ਸਵਾਦ ਤੁਸੀਂ ਅੱਜ ਲੋਕਾਂ ਨੂੰ ਪਹੁੰਚਾ ਰਹੇ ਹੋ? ਇਹ ਸ਼ੁਰੂਆਤ ਜੀ ਸਾਡੇ ਦਾਦਾ ਜੀ ਨੇ ਕੀਤੀ ਸੀ, ਉਸ ਤੋਂ ਬਾਅਦ ਸਾਡੇ ਫਾਦਰ ਸਾਹਿਬ ਨੇ ਕੀਤੀ ਆ, ਉਸ ਤੋਂ ਬਾਅਦ ਹੁਣ ਸਾਡੇ ਕੋਲ ਆ ਗਈ ਆ ਵਿਰਾਸਤ, ਅਸੀਂ ਵਿਰਾਸਤ ਸਾਂਭਲੀ ਹੋਈ ਹੈ। ਅੱਜ ਤੁਸੀਂ ਵਿਰਾਸਤ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ ਸਾਂਭੀ ਹੋਈ ਆ, ਇਹ ਵਿਰਾਸਤ ਕਹਿ ਸਕਦੇ ਹਾਂ ਕਿ ਜਿੱਥੇ ਕਿ ਭਿੰਡੀਆਂ ਔਰ ਇੱਥੇ ਫਲਾਂ ਦੀ ਗੱਲ ਕਰ ਲਈ, ਅਤੇ ਤਰਬੂਜ, ਸੰਤਰੇ, ਸ਼ਲਗਮ ਜੇ ਆ, ਉੱਧਰ ਜੇ ਸਬਜ਼ੀ ਹੋਰਾਂ ਦੀ ਗੱਲ ਕਰ ਲਈਏ, ਮਿਰਚਾਂ ਨਜ਼ਰ ਆਉਂਦੀਆਂ, ਇਹ ਸਾਰੀ ਜੋ ਵੱਖਰੀ ਜੀ ਇੱਕ ਤਰ੍ਹਾਂ ਦੀ ਸੋਚ ਜਾਂ ਇੱਕ ਵੱਖਰੀ ਤਰ੍ਹਾਂ ਦੀ ਮਿਠਾਈ, ਇਹ ਸਭ ਦੀ ਸੋਚ ਕਿਸ ਤਰ੍ਹਾਂ ਆਈ, ਔਰ ਜਾਂ ਹੋਰ ਵੀ ਕਿਤੇ ਮਿਠਾਈ ਮਿਲਦੀ ਸੀ? ਇਹ ਪੂਰੇ ਪੰਜਾਬ 'ਚ ਕਦੇ ਨਹੀਂ ਮਿਲ ਸਕਦੀ, ਕਿਉਂਕਿ ਇਹ ਸਾਡੇ ਕੋਲ ਹੀ ਗਈ ਆ, ਔਰ ਹੋ ਸਕਦਾ ਸਾਡੇ ਤੋਂ ਬਾਅਦ ਇਹ ਲੁਪਤ ਹੋ ਜੇ, ਹੋ ਸਕਦਾ ਸਾਡੇ ਤੋਂ ਬਾਅਦ ਇਹ ਲੁਪਤ ਹੋ ਜੇ, ਕਿਉਂਕਿ ਕੋਈ ਕਾਰੀਗਰੀ ਸਿੱਖਣੀ ਨਹੀਂ ਚਾਹੁੰਦਾ, ਮਿਹਨਤ ਬਹੁਤ ਜ਼ਿਆਦਾ, ਮਿਹਨਤ ਇੰਨੀ ਕੋਈ ਕਰਨਾ ਨਹੀਂ ਚਾਹੁੰਦਾ। ਅੱਜ ਕੱਲ੍ਹ ਤੁਹਾਡੇ ਪਰਿਵਾਰ ਦੀ ਤੀਸਰੀ ਪੀੜ੍ਹੀ ਇਸ ਕੰਮ ਵਿੱਚ ਹੈ, ਜਦ ਤੁਸੀਂ ਛੋਟੇ ਸੀ, ਤੁਹਾਡਾ ਬਚਪਨ ਜਦ ਬੀਤਿਆ, ਜਾਂ ਤੁਸੀਂ ਇਸ ਕੰਮ ਨਾਲ ਜੁੜੇ, ਤਾਂ ਉਦੋਂ ਦੀਆਂ ਰੌਣਕਾਂ ਕੀ ਸੀ, ਜਾਂ ਲੋਕਾਂ ਦੀ ਖਰੀਦਦਾਰੀ ਦਾ ਰੁਝਾਨ ਉਸ ਵਕਤ ਕਿਹੋ ਜਿਹਾ ਸੀ? ਉਦੋਂ ਵੀ ਅੱਛਾ ਸੀ, ਔਰ ਅੱਜ ਵੀ ਅੱਛਾ ਹੈ ਵਾ। ਉਦੋਂ ਵੀ ਥੋੜ੍ਹਾ, ਉਦੋਂ ਸਸਤਾ ਜ਼ਮਾਨਾ ਸੀ, ਹੁਣ ਥੋੜ੍ਹਾ ਮਹਿੰਗਾਈ ਦਾ ਜ਼ਮਾਨਾ। ਉਸ ਟਾਈਮ 'ਤੇ ਜਦੋਂ ਸਾਡੇ ਫਾਦਰ ਸਾਹਿਬ ਕਰਦੇ ਸੀ, ਉਦੋਂ ਆਨੇ, ਦੋ ਆਨੇ ਦਾ ਇਹ ਪੀਸ ਵੇਚਦੇ ਹੁੰਦੇ ਸੀ, ਇੱਕ ਥਾਲ ਦੇ ਵਿੱਚ ਲਾਉਂਦੇ ਸੀ, ਉਸ ਇੱਕ ਛਾਬਾ ਜਿਹਾ ਬਣਾ ਕੇ ਉਹਦੇ ਵਿੱਚ ਲਾਉਂਦੇ ਸੀ, ਅਤੇ ਅਸੀਂ ਚੇਂਜਿੰਗ ਕਰ ਦਿੱਤੀ ਹੈ, ਆਪਾਂ ਰੇੜੀ ਕਾਰਡ ਬਣਾ ਦਿੱਤੀ ਹੈ ਇਹਦੀ। ਕੀ ਮੁੱਲ ਕੀ ਰਹਿੰਦਾ ਇਹਨਾਂ ਦਾ? ਇਹਦਾ ਮੁੱਲ ਸਾਡੇ ਕੋਲ ਜਿਹੜਾ ਹੈਗਾ ਵਾ 230 ਰੁਪਏ ਦਾ ਡੱਬਾ ਹੁੰਦਾ ਹੈ, ਉਹਦੇ ਵਿੱਚ 23 ਤਰ੍ਹਾਂ ਦੀ ਵਰਾਇਟੀਆਂ ਸਾਰੀਆਂ ਮਿਕਸ ਪੈਂਦੀਆਂ,
ਇੱਕ ਦੋ ਪੀਸ ਅਸੀਂ ਵੇਚਦੇ ਨਹੀਂ ਕਿਉਂਕਿ ਉਹਦੇ ਨਾਲ ਸਾਡਾ ਸੈਟਿੰਗ ਖਰਾਬ ਹੋ ਜਾਂਦੀ ਹੈ। ਸਾਰੀ ਜਿਹੜਾ ਸਾਰੇ ਮਿਠਾਈਆਂ ਸਜੀਆਂ ਹੋਈਆਂ ਨੇ ਪਲੇਟਾਂ ਦੇ ਵਿੱਚ, ਥੋੜ੍ਹਾ ਦੱਸੋਗੇ ਕਿ ਕਿਹੜਾ ਕਿਹੜਾ ਜੋ ਖਾਸ ਫਲੇਵਰ ਤਿਆਰ ਕੀਤਾ ਗਿਆ ਸੀ? ਹਾਂਜੀ ਲੋ ਇਧਰ ਸੇ ਦੱਸਦੇ ਹਾਂ ਤੁਹਾਨੂੰ, ਇੱਧਰ ਆਜੋ। ਲੀਚੀ ਫਲੇਵਰ ਹੈ, ਗੋਭੀ ਰੋਜ਼ ਫਲੇਵਰ ਹੈ, ਛੱਲੀ ਫਲੇਵਰ ਹੈ, ਸਲਗਮ ਫਲੇਵਰ ਹੈ, ਮਟਰ ਫਲੇਵਰ ਹੈ, ਖਰਬੂਜਾ ਫਲੇਵਰ ਹੈ, ਮੈਂਗੋ ਫਲੇਵਰ ਹੈ, ਬਤਾਊਂ ਫਲੇਵਰ ਹੈ, ਔਰੰਜ ਫਲੇਵਰ ਹੈ, ਲਕਾਟ ਫਲੇਵਰ ਹੈ, ਬਨਾਨਾ ਫਲੇਵਰ ਹੈ, ਸੀਤਾਫਲ ਫਲੇਵਰ ਹੈ, ਅਨਾਰ ਫਲੇਵਰ ਹੈ, ਛੁਆਰਾ ਫਲੇਵਰ ਹੈ, ਔਰ ਬਨਾਨਾ ਫਲੇਵਰ ਹੈ, ਔਰ ਵਾਟਰਮਲਨ ਫਲੇਵਰ ਹੈ, ਨਿੰਬੂ ਫਲੇਵਰ ਹੈ, ਔਰ ਇਹ ਪਾਈਨਐਪਲ ਫਲੇਵਰ ਹੈ, ਪਪੀਤਾ ਫਲੇਵਰ ਹੈ, ਭਿੰਡੀ ਹੈ, ਇਹ ਰੋਜ਼ ਪੇੜਾ ਫਲੇਵਰ ਹੈ, ਸਿੰਪਲ ਡਿਜ਼ਾਇਨ ਦਾ ਚੋਕਲੇਟ ਫਲੇਵਰ ਹੁੰਦਾ ਇਹਦੇ ਵਿੱਚ, ਉਹ ਰੋਜ਼ ਫਲੇਵਰ ਹੈ, ਔਰ ਇਹ ਤਾਰ ਹੈ। ਮੈਨੂੰ ਲੱਗਦਾ ਸਾਡੇ ਦਰਸ਼ਕ ਵੀ ਹੈਰਾਨ ਹੁੰਦੇ ਹੋਣਗੇ ਕਿਉਂਕਿ ਜੋ ਉਹਦੇ ਵੀ ਅਸੀਂ ਰੇਹੜੀ ਦੇਖਦੇ ਹਾਂ ਅਤੇ ਜਾਂ ਤਾਂ ਫਲਾਂ ਨਾਲ ਸਜੀ ਹੁੰਦੀ ਹੈ ਜਾਂ ਸਬਜ਼ੀਆਂ ਨਾਲ ਸਜੀ ਹੁੰਦੀ ਹੈ। ਇਹ ਰੇਹੜੀ ਵੀ ਫਲਾਂ ਅਤੇ ਸਬਜ਼ੀਆਂ ਦੋਨਾਂ ਨਾਲ ਸਜੀ ਪਈ ਹੈ, ਪਰ ਉਹਨਾਂ ਦੇ ਨਾਮਾਂ ਦੇ ਨਾਲ, ਜੋ ਅੰਦਰ ਮਿਠਾਸ ਹੈ ਉਹ ਮਠਿਆਈ ਦੀ ਹੈ, ਔਰ ਖੋਏ ਦੇ ਨਾਲ ਇਹ ਸਭ ਨੂੰ ਤਿਆਰ ਕੀਤਾ ਜਾਂਦਾ, ਔਰ ਕਈ ਕਿਸਮ ਦੇ ਵਿੱਚ ਇਹ ਖਾਸ ਜੋ ਮਠਿਆਈ ਹੈ ਲੋਕਾਂ ਤੱਕ ਤਰਸੇਮ ਸਿੰਘ ਜੀ ਪਹੁੰਚਾ ਰਹੇ ਨੇ। ਔਰ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਜਦ ਵੀ ਅਸੀਂ ਇਸ 'ਤੇ ਕੈਮਰਾ ਮਾਰਦੇ ਹਾਂ ਜਾਂ ਜਦ ਵੀ ਜਿਹੜੇ ਲੋਕ ਵੀ ਇੱਥੋਂ ਨਿਕਲ ਰਹੇ ਨੇ ਤਾਂ ਹਰ ਇੱਕ ਦੀ ਸੋਚ, ਹਰ ਇੱਕ ਦੀ ਨਿਗਾਹਾਂ ਸਿਰਫ ਅਤੇ ਸਿਰਫ ਇੱਥੇ ਆ ਕੇ ਰੁਕ ਜਾਂਦੀਆਂ ਨੇ, ਔਰ ਸਭ ਦੇ ਵਿੱਚ ਮਨਾਂ ਵਿੱਚ ਪਹਿਲਾਂ ਖਿਆਲ ਇਹ ਹੀ ਆਉਂਦਾ ਕਿ ਕਿਉਂ ਨਾ ਇਸ ਦਾ ਸਵਾਦ ਲਿਆ ਜਾਵੇ। ਤਾਂ ਕਿੰਨੇ ਵਜੇ ਤੁਸੀਂ ਇੱਥੇ ਆ ਜਾਂਦੇ ਹੋ ਔਰ ਕਿੰਨੇ ਵਜੇ ਤੱਕ ਰਹਿੰਦੇ ਹੋ ਉੱਥੇ? ਇੱਥੇ ਸ਼ਾਮੀ 6 ਵਜੇ ਆ ਜਾਂਦੇ ਹਾਂ ਜੀ, ਸ਼ਾਮੀ 6 ਵਜੇ ਤੋਂ ਰਾਤੀ 11 ਵਜੇ ਤੱਕ ਸਾਡੀ ਇੱਥੇ ਟਾਈਮਿੰਗ ਹੁੰਦੀ ਰਹਿੰਦੀ ਆ। ਔਰ ਜਗ੍ਹਾ ਦਾ ਲੋਕੇਸ਼ਨ ਹੈਗੀ ਹੈ ਜਲਿਆਂਵਾਲੇ ਬਾਗ ਦਾ ਐਗਜ਼ਿਟ ਗੇਟ ਹੈ ਔਰ ਮਾਨਾ ਸਿੰਘ ਰੋਡ ਹੈ, ਜਿੱਥੇ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਂ ਲੱਗਦੇ ਹੀ ਇਹ ਲੋਕੇਸ਼ਨ ਹੈ। ਤਾਂ ਟੂਰਿਸਟ ਜੋ ਇੱਥੇ ਆਉਂਦੇ ਨੇ ਉਹਨਾਂ ਵਿੱਚ ਕਿਹੋ ਜਿਹੀ ਰੁਚੀ ਦੇਖਣ ਨੂੰ ਮਿਲਦੀ? ਟੂਰਿਸਟ ਤਾਂ ਬਹੁਤ ਖੁਸ਼ ਹੁੰਦੇ ਆ ਦੇਖ ਕੇ ਮਾਰੇ, ਕਿਉਂਕਿ ਕਈ ਦਿੱਲੀਓਂ ਜਿਹੜੇ ਟੂਰਿਸਟ ਆਉਂਦੇ ਆ ਉਹ ਸਾਨੂੰ ਦੱਸਦੇ ਆ, ਕਹਿੰਦੇ ਹੁਣ ਇਹ ਚੀਜ਼ ਦਿੱਲੀ ਦੇ ਵਿੱਚ ਲੱਭਦੀ ਨਹੀਂ, ਉਹ ਸਾਨੂੰ ਇੱਥੇ ਹੀ ਆ ਕੇ ਮਿਲਦੀ ਆ। ਕਈ ਸਪੈਸ਼ਲ ਦਿੱਲੀਓਂ ਲੈਣ ਆਉਂਦੇ ਆ ਸਪੈਸ਼ਲ, ਉਹ ਨਾਲ ਮੱਥਾ ਵੀ ਟੇਕ ਕੇ ਜਾਂਦੇ ਆ, ਸਪੈਸ਼ਲ ਇਹ ਲੈਣ ਆਉਂਦੇ ਆ ਮਠਿਆਈ। ਮੈਂ ਬੇਸਿਕਲੀ ਦਿੱਲੀ ਤੋਂ ਹਾਂ ਅਤੇ ਇੱਧਰ ਹੀ ਮੈਂ ਕੰਮ ਕਰਦਾ ਹਾਂ, ਅਤੇ ਮੈਂ ਵੇਖਿਆ ਸੀ ਸੋਸ਼ਲ ਮੀਡੀਆ 'ਤੇ ਕਿ ਬਈ ਕਾਫੀ ਸੋਹਣੀ ਯੂਨੀਕ ਜਿਹੀ ਚੀਜ਼ ਲੱਗ ਰਹੀ ਸੀਗੀ, ਅਤੇ ਮੈਂ ਵੇਖਿਆ ਕਿ ਵੀ ਖਿਲੌਣੇ 'ਚ ਇਹ ਕੀ ਹੈ। ਮੈਂ ਅੰਕਲ ਤੋਂ ਪੁੱਛਾਂ ਕਿ ਮਿਠਾਈ ਹੈ ਵੀ ਬੜੀ ਪੁਰਾਣੀ ਮਿਠਾਈ ਹੈਗੀ ਆ 40-45 ਸਾਲ, ਅਤੇ ਮੈਂ ਬੱਚਿਆਂ ਨੂੰ ਉਹਦੀ ਫੋਟੋ ਭੇਜੀ ਤਾਂ ਬੜੇ ਮਤਲਬ ਐਕਸਾਈਟਿਡ ਹੋ ਗਏ ਵੀ ਭਾਅ ਜੀ ਤੁਸੀਂ ਲੈ ਕੇ ਆਓ, ਅਤੇ ਮੈਂ ਤਾਂ ਆ ਕਰਕੇ ਇੱਥੇ ਆਇਆ ਲੈਣ ਵਾਸਤੇ। ਔਰ ਤੁਸੀਂ ਵੀ ਜੇ ਅੰਮ੍ਰਿਤਸਰ ਆਇਓ ਜਾਣਾ ਚਾਹੁੰਦੇ ਹੋ ਤਾਂ ਜਲਿਆਂਵਾਲੇ ਬਾਗ ਦੇ ਠੀਕ ਐਗਜ਼ਿਟ ਗੇਟ ਦੇ ਬਾਹਰ ਹੀ ਸਤਨਾਮ ਸਿੰਘ ਜੀ ਰੋਜ਼ਾਨਾ ਸ਼ਾਮ 6 ਵਜੇ ਇੱਥੇ ਆ ਜਾਂਦੇ ਨੇ ਔਰ ਇਤਵਾਰ ਵੀ ਇੱਥੇ ਆਉਂਦੇ ਨੇ, ਔਰ ਤੁਸੀਂ ਵੀ ਆ ਕੇ ਇਸ ਖਾਸ ਮਠਿਆਈ ਦਾ ਆਨੰਦ ਲੈ ਸਕਦੇ ਹੋ ਅਤੇ ਕਹਿ ਸਕਦੇ ਹਾਂ ਕਿ ਆਪਣੇ ਤਿਉਹਾਰਾਂ ਦੇ ਵੀ 4 ਚੰਨ ਲਗਾ ਸਕਦੇ ਹੋ ਔਰ ਆਪਣੀ ਜੋ ਪੀੜ੍ਹੀਆਂ ਨੇ ਆਗਾਮੀ ਆਉਣ ਲਈ ਉਹਨਾਂ ਨੂੰ ਵੀ ਇਸ ਖਾਸ ਸਵਾਦ ਦੇ ਨਾਲ ਜੋੜ ਸਕਦੇ ਹੋ। ਅੰਮ੍ਰਿਤਸਰ ਤੋਂ ਨਿਤਿਸ਼ ਸੱਭਰਵਾਲ, ਨਿਊਜ਼ 18 ਪੰਜਾਬ।